ਕਿੰਨਾ ਰਾਤ ਇੱਥੇ ਧੂਆਂ ਗੰਦਗੀ ਦੀ ਬਹੁਤ ਕੁਛ ਔਰ ਕਾਰਪੋਰੇਸ਼ਨ ਧੁੰਮ ਕਰਨ ਦੀ ਨੀਂਦ ਸੁੱਤੀ ਆ ਠੀਕ ਹੈ ਉਹਨਾਂ ਦੋ ਚਾਰ ਗੱਡੀਆਂ ਪਾਣੀ ਦੀਆਂ ਭੇਜੀਆਂ ਰਾਤ ਅੱਗ ਦੇ ਕੰਟਰੋਲ ਤੋਂ ਬੋਲਿਆ ਨਹੀਂ ਯਾਰ ਜਾ ਰਿਹਾ ਸਾਹ ਨਹੀਂ ਨਿਕਲ ਰਿਹਾ ਇਹ ਸਿਰਫ ਦੇ ਸਿਰਫ ਇੱਕ ਚਲਾਕੀ ਖੇਡਦੇ ਆ 15-20 ਜਣੀ ਅੱਗ ਲਵਾ ਦਿੰਦੇ ਆ ਜਿਹੜਾ ਕੋਈ ਵੱਡਾ ਢੇਰ ਆ ਉਹ ਸੜ ਕੇ ਸਵਾਹ ਹੋ ਜਾਂਦਾ ਔਰ ਲੋਕਾਂ ਨੂੰ ਉਹ ਇੰਨਾ ਵੱਡਾ ਉਸ ਟਾਈਮ ਨੁਕਸਾਨ ਹੁੰਦਾ ਕੋਈ ਗੱਲ ਕਹਿਣ ਵਾਲੀ ਨਹੀਂ ਰਹਿ ਗਈ ਅੱਗ ਹੈ ਜੀ ਇਹ ਤਾਂ ਤਕਰੀਬਨ ਕਾਫੀ ਸਾਲਾਂ ਤੋਂ ਲੱਗੀ ਆ ਔਰ ਵਿੱਚ ਵਿੱਚ ਥੋੜ੍ਹੀ ਬਹੁਤੀ ਬੁਝਾ ਜਾਂਦੇ ਆ ਉਹ ਧੁਖਦਿਆਂ ਦੁਬਾਰਾ 15-20 ਦਿਨਾਂ ਬਾਅਦ ਫਿਰ ਆਪਣਾ ਤਾਂਡਵ ਮਚਾਉਂਦੀ ਹੈ ਔਰ ਇੰਨਾ ਇੱਥੇ ਧੂਆ ਜ਼ਹਿਰੀਲਾ ਹੋ ਜਾਂਦਾ ਜਿਹੜਾ ਕਿ ਆਬਾਦੀਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਬਜ਼ੁਰਗ ਬੱਚਿਆਂ ਨੂੰ ਔਰ ਜਦੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਉਂਦੀਆਂ ਇਹਨੂੰ ਬੁਝਾ ਜਾਂਦੀਆਂ ਦੁਬਾਰਾ ਫਿਰ ਅੱਗ ਜਿਹੜੀ ਆ ਆਪਣਾ ਤਾਂਡਵ ਰੂਪ ਲੈ ਲੈਂਦੀ ਹੈ ਜਿਹੜੇ ਇੰਨੀ ਮਸ਼ੀਨਰੀ ਲਾ ਕੇ ਅੱਗ ਨਹੀਂ ਬੁਝਾ ਕੱਲ੍ਹ ਨੂੰ ਕੂੜੇ ਦਾ ਦੇਖ ਇੱਥੇ ਰੱਖ ਰਖਾਵ ਕਿਸ ਤਰ੍ਹਾਂ ਕਾਰਪੋਰੇਸ਼ਨ ਕਰ ਲਏਗੀ ਕਾਰਪੋਰੇਸ਼ਨ ਨੂੰ ਸਭ ਤੋਂ ਪਹਿਲਾਂ ਕੋਈ ਪਲਾਂਟ ਢੁੱਕਵੀਂ ਜਗ੍ਹਾ 'ਤੇ ਲਾਵੇ ਜਗ੍ਹਾ ਲੱਭੇ ਜਿਹੜੀ ਵੀ ਜਿਸ ਤਰੀਕੇ ਦੇ ਨਾਲ ਵੀ ਜੋ ਵੀ ਲੱਭੇ ਅੱਜ ਵੀ ਤੁਸੀਂ ਸਰਵੇ ਕਰਾ ਲਓ ਅੱਜ ਮੈਂ ਕਹਿੰਦਾ ਸਰਕਾਰ ਦੇ ਅੱਗੇ ਅੱਜ ਵੀ ਇੱਥੇ ਕੈਂਪ ਲਗਾ ਲਓ ਸਰਵੇ ਕਰਾ ਲਓ ਅਸੀਂ ਬਹਿ ਜਾਂਗੇ ਉਹਦੇ 'ਚ ਤੁਹਾਨੂੰ ਸਾਰ ਰੋਗਾਂ ਦੇ ਇੰਨੇ ਬੰਦੇ ਮਿਲਣਗੇ ਜਿਨ੍ਹਾਂ ਦੀ ਉਮਰ 10-15 ਸਾਲ ਘੱਟ ਚੁੱਕੀ ਹੈ ਔਰ ਗਰਭ ਦੇ ਵਿੱਚ ਹੀ ਬੱਚੇ ਮਰ ਜਾਂਦੇ ਨੇ ਔਰ ਇਹ ਕਾਤਲ ਨੇ ਮੈਂ ਫਿਰ ਬੇਨਤੀ ਕਰਦਾ ਅਗਰ ਪ੍ਰਸ਼ਾਸਨ ਸੁੱਤਾ ਰਿਹਾ ਆਏ ਦਿਨ ਆਪਣੀਆਂ ਆਬਾਦੀਆਂ ਦੇ ਵਿੱਚ ਜਿਹੜੀ ਕਿ ਕਹਿ ਦਿੰਦੇ ਆ ਕਿ ਨੌਜਵਾਨੀ ਖਤਮ ਹੁੰਦੀ ਜਾਏਗੀ ਕਿ ਨੌਜਵਾਨ ਇੰਨਾ ਫੇਫੜੇ ਦੇ ਵਿੱਚ ਸਾਹ ਖਰਾਬ ਕਰਕੇ ਤੁਸੀਂ ਵੀ ਸਮਝਦੇ ਹੋ ਕਿ ਇੱਕ ਸਮੋਗ ਦੇ ਉੱਤੇ ਇਹਨਾਂ ਨੇ ਜੁਰਮਾਨਾ ਰੱਖਿਆ ਇਹਦਾ ਕੌਣ ਜ਼ਿੰਮੇਵਾਰ ਹੈ ਇਹਨੇ ਕੌਣ ਜੁਰਮਾਨਾ ਦੇਵੇਗਾ ਪਬਲਿਕ ਦਾ ਕੌਣ ਧਿਆਨ ਰੱਖੇਗਾ